ਚੀਨ ਵਿੱਚ ਤੁਸੀਂ ਕਿਤੇ ਵੀ ਜਾਓ, ਕੈਮਰੇ ਦੀ ਨਜ਼ਰ ਤੋਂ ਨਹੀਂ ਬਚ ਸਕੋਗੇ। ਇੱਥੇ ਮੌਜੂਦ ਹਰ ਵਿਅਕਤੀ ਸਰਕਾਰ ਦੀ ਨਜ਼ਰ ਹੇਠ ਰਹਿੰਦਾ ਹੈ। ਚੀਨੀ ਸਰਕਾਰ ਸਕਾਈਨੈਟ ਨਾਂ ਦੀ ਟੈਕਨੋਲੋਜੀ ਨਾਲ ਲੋਕਾਂ ਦੀ ਛੋਟੀ ਤੋਂ ਛੋਟੀ ਗਤੀਵਿਧੀ ਨੂੰ ਵੀ ਰਿਕਾਰਡ ਕਰਦੀ ਹੈ। ਚੀਨ ਦੀ ਹਰ ਗਲੀ ਮੁਹੱਲੇ ਵਿੱਚ ਲੱਗੇ 2 ਕਰੋੜ ਕੈਮਰੇ ਇਸ ਗੱਲ ਦੀ ਗਵਾਹੀ ਭਰਦੇ ਹਨ। ਸਕਾਈਨੈਟ ਫੇਸ਼ੀਅਲ ਰਿਕੋਗਨਾਈਜੇਸ਼ਨ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ, ਜਿਸ ਨਾਲ ਅਪਰਾਧੀਆਂ ਤੇ ਸ਼ੱਕੀ ਲੋਕਾਂ ਦੇ ਚਿਹਰਿਆਂ ਨੂੰ ਮੈਚ ਕਰ ਲਿਆ ਜਾਂਦਾ ਹੈ। ਇਸ ਟੈਕਨੋਲੋਜੀ ਨਾਲ ਉਹਨਾਂ ਦੀ ਲੋਕੇਸ਼ਨ ਦਾ ਵੀ ਮਿੰਟੋ ਮਿੰਟ ਵਿੱਚ ਪਤਾ ਲਗਾਇਆ ਜਾ ਸਕਦਾ ਹੈ। ਇਸ ਟੈਕਨੋਲੋਜੀ ਨਾਲ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਰਸਤੇ ਵਿੱਚ ਚੱਲਣ ਵਾਲਾ ਵਿਅਕਤੀ ਅਪਰਾਧੀ ਹੈ ਜਾਂ ਨਹੀਂ। ਸਕਾਈਨੈਟ ਲੋਕਾਂ ਨੂੰ ਲਿੰਗ, ਉਮਰ, ਰੰਗ ਅਤੇ ਕੱਪੜਿਆਂ ਦੇ ਆਧਾਰ ਤੇ ਵੀ ਪਹਿਚਾਣਦਾ ਹੈ। ਇਸ ਤੋਂ ਇਲਾਵਾ ਗੱਡੀਆਂ ਦੇ ਮਾਡਲ ਅਤੇ ਰੰਗ ਨੂੰ ਵੀ ਪਹਿਚਾਣ ਕੇ ਡਾਟਾ ਇਕੱਠਾ ਕੀਤਾ ਜਾ ਸਕਦਾ ਹੈ। ਚੀਨ ਦੀ ਇਹ ਟੈਕਨੋਲੋਜੀ ਜਿੱਥੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਦੀ ਹੈ, ਉੱਥੇ ਉਹਨਾਂ ਦੀ ਪ੍ਰਾਈਵੇਸੀ ਨੂੰ ਵੀ ਭੰਗ ਕਰਦੀ ਹੈ। ਕੀ ਤੁਹਾਨੂੰ ਮਨਜ਼ੂਰ ਹੋਵੇਗਾ ਕਿ ਸਰਕਾਰ ਤੁਹਾਡੀ ਹਰ ਗਤੀਵਿਧੀ 'ਤੇ ਨਜ਼ਰ ਰੱਖੇ?